ਅਮਰੀਕਨ ਇਲੈਕਸ਼ਨ ਅੱਜ ਕੱਲ੍ਹ ਸੁਰਖੀਆਂ ਵਿੱਚ ਹਨ। ਯੂਨਾਈਟਿਡ ਸਟੇਟਸ ਆਫ ਅਮਰੀਕਾ ਇਸ ਵੇਲੇ ਇੱਕ ਇਹੋ ਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੀਆਂ ਚੋਣਾਂ ਦਾ ਫੈਸਲਾ ਕਰੇਗਾ। ਡੈਮੋਕ੍ਰੈਟਿਕ ਪਾਰਟੀ ਦੇ ਪ੍ਰਜ਼ੰਪਟਿਵ ਨੋਮਿਨੀ ਹਿਲਰੀ ਕਲਿੰਟਨ ਬਣ ਗਏ ਹਨ ਅਤੇ ਰਿਪਬਲਿਕਨ ਪਾਰਟੀ ਦੇ ਪ੍ਰਜ਼ੰਪਟਿਵ ਨੋਮਿਨੀ ਦਾ ਸਿਰਲੇਖ ਡੋਨਲਡ ਟਰੰਪ ਨੂੰ ਮਿਲ ਚੁੱਕਾ ਹੈ। ਕੁਆਨਲਿਨ ਦੇ ਪ੍ਰੋਫੈਸਰ ਸ਼ਿੰਦਰ ਪੁਰੇਵਾਲ ਨੇ ਇਹਨਾਂ ਚੋਣਾਂ ਦੇ ਵਿਸ਼ੇ ਉੱਤੇ ਹੋਰ ਰੋਸ਼ਨੀ ਪਾਈ। ਇਸ ਵੇਲੇ ਇੱਕ ਗੱਲ ਕਲੀਅਰ ਹੋ ਗਈ ਕਿ ਦੋਵੇਂ ਪਾਰਟੀਆਂ ਦੇ ਕੈਂਡੀਡੇਟਸ ਕੌਣ ਨੇ। ਡੋਨਲਡ ਟਰੰਪ ਦੀ ਹੁਣ ਕੋਈ ਆਪੋਜੀਸ਼ਨ ਨਹੀਂ ਅਤੇ ਹਿਲਰੀ ਕਲਿੰਟਨ ਦੀ ਕੋਈ ਆਪੋਜੀਸ਼ਨ ਨਹੀਂ, ਪਰ ਹੁਣ ਤੋਂ ਲੈ ਕੇ ਉਹਨਾਂ ਦੀ ਕਨਵੈਨਸ਼ਨ ਤਾਂ ਜਿਹੜੀ ਰਿਪਬਲਿਕਨਸ ਦੀ ਹੈ ਉਹ 18 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ ਕਲੀਵਲੈਂਡ ਦੇ ਵਿੱਚ, ਅਤੇ ਇੱਕ ਹਫ਼ਤਾ ਲੇਟਰ ਡੈਮੋਕ੍ਰੈਟਸ ਦੀ ਹੈਗੀ ਹੈ, 25 ਜੁਲਾਈ ਨੂੰ ਉਹਨਾਂ ਦੀ ਫਿਲਾਡੋਫੀਆ ਦੇ ਵਿੱਚ ਹੋਣੀ ਹੈ। ਸੋ ਹੁਣ ਮੇਰਾ ਖਿਆਲ ਦੋਨੇ ਕੈਂਡੀਡੇਟਸ ਜਿਹੜੇ ਆ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ, ਅਤੇ ਮੇਨ ਇਸ਼ੂਜ਼ ਅੱਜ ਕੱਲ੍ਹ ਉਹ ਬਹੁਤ ਸਰਵੇ ਕਰਦੇ ਹੋਣੇ ਕਿ ਕਿਹੜੀਆਂ ਇਸ਼ੂਜ਼ ਡੋਮੀਨੇਟ ਕਰਨੀਆਂ। ਹਾਲੇ ਇਹਨਾਂ ਚੋਣਾਂ ਦੇ ਨਤੀਜੇ ਬਾਰੇ ਅੰਦਾਜ਼ਾ ਲਗਾਉਣਾ ਕਾਫੀ ਔਖਾ ਹੈ। ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਤੋਂ ਇਲਾਵਾ ਚੋਣਾਂ ਵੇਲੇ ਸਮੁੱਚੇ ਤੌਰ 'ਤੇ ਦੇਸ਼ ਦੀ ਸਥਿਤੀ ਦਾ ਸਿੱਧਾ ਅਸਰ ਚੋਣਾਂ ਦੇ ਨਤੀਜੇ 'ਤੇ ਪੈ ਸਕਦਾ ਹੈ। ਪੋਲੀਟਿਕਸ ਦੇ ਵਿੱਚ ਇਹ ਕਦੇ ਨਹੀਂ ਪਤਾ ਹੁੰਦਾ ਕਿ 24 ਘੰਟਿਆਂ 'ਚ ਕੀ ਹੋ ਜਾਣਾ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਫਲੋਰਿਡਾ ਦੇ ਵਿੱਚ ਇੱਕ ਅਟੈਕ ਹੋਇਆ, ਇਹ ਤੁਸੀਂ ਇਮੈਜਿਨ ਕਰੋਗੇ ਜੇ ਇੱਕ ਦਿਨ ਪਹਿਲਾਂ ਹੋ ਜਾਵੇ ਇੱਦਾਂ ਦਾ ਕੁਛ ਇਲੈਕਸ਼ਨ ਤੋਂ, ਉਹਦੇ ਨਾਲ ਆਊਟਕਮ ਕੁਛ ਹੋਰ ਨਿਕਲਣਾ। ਸੋ ਫੋਕਸ ਮੇਰਾ ਖਿਆਲ ਇਹਨਾਂ ਦਾ ਇਸ ਗੱਲ 'ਤੇ ਆ, ਹਿਲਰੀ ਕਲਿੰਟਨ ਦਾ ਇਹ ਵੀ ਹੋਣਾ ਕਿ ਪੈਸੇ ਵੀ ਇਕੱਠੇ ਕਰਨੇ ਆ। ਡੋਨਲਡ ਟਰੰਪ ਦੇ ਕੋਲ ਪੈਸੇ ਆਪਣੇ ਹੀ ਪੈਸੇ ਹੈਗੇ ਆ, ਇਹ ਜ਼ਰੂਰੀ ਨਹੀਂ ਕਿ ਉਹ ਆਪਣੇ ਖਰਚੂਗਾ, ਪਰ ਉਹਨੂੰ ਇਕੱਠੇ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ। ਅਮਰੀਕਾ ਵਿੱਚ ਇਹ ਚੋਣਾਂ ਸਿਆਸਤ ਨੂੰ ਕਾਫੀ ਬਦਲ ਸਕਦੀਆਂ ਹਨ, ਜਿੱਥੇ ਇੱਕ ਪਾਸੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੀ ਵਿਚਾਰਧਾਰਾ ਆਮ ਲੋਕਾਂ ਵਾਸਤੇ ਸਮਝਣੀ ਆਸਾਨ ਹੈ, ਦੂਸਰੇ ਪਾਸੇ ਇਹਨਾਂ ਦੇ ਉਮੀਦਵਾਰਾਂ ਦੀ ਸੋਚ ਇਸ ਵਿਚਾਰਧਾਰਾ ਵਿੱਚ ਬਦਲਾਵ ਲਿਆ ਸਕਦੀ ਹੈ। ਦੋਨੇ ਉਮੀਦਵਾਰਾਂ ਦੀ ਸਥਿਤੀ ਆਮ ਚੋਣਾਂ ਤੋਂ ਹਟ ਕੇ ਹੈ, ਚਾਹੇ ਉਹ ਹਿਲਰੀ ਕਲਿੰਟਨ ਦੇ ਇੱਕ ਵੱਡੀ ਪਾਰਟੀ ਤੋਂ ਪਹਿਲੀ ਮਹਿਲਾ ਪ੍ਰਜ਼ੰਪਟਿਵ ਨੋਮਿਨੀ ਹੋਣ ਦੀ ਗੱਲ ਹੈ, ਜਾਂ ਡੋਨਲਡ ਟਰੰਪ ਦਾ ਗੈਰ ਸਿਆਸੀ ਢੰਗ ਨਾਲ ਚਾਲ ਚੱਲਣ ਨੂੰ ਅਪਣਾਉਣ ਦੀ ਗੱਲ ਹੋਵੇ। ਮੇਰਾ ਖਿਆਲ ਡੋਨਲਡ ਟਰੰਪ ਨੇ ਇਹ ਦੇਖਿਆ ਕਿ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕੈਂਡੀਡੇਟ ਸੀ, ਬਹੁਤ ਜ਼ਿਆਦਾ ਕੈਂਡੀਡੇਟ ਸੀ, ਅਤੇ ਉਹਨੇ ਲੋਕਾਂ ਦੀ ਨਬਜ਼ ਪਛਾਣ ਲਈ ਕਿ ਕਿਹੜੀਆਂ ਇਸ਼ੂਜ਼ ਆ, ਕਿਹੜੇ ਮਸਲੇ ਆ ਜਿਹੜੇ ਅਮੈਰੀਕਨ ਲੋਕ ਉਹਦੇ ਵੱਲ ਹੋ ਜਾਣਗੇ। ਇੰਨੇ ਜਾਣਿਆਂ ਦੇ ਵਿੱਚੋਂ ਇੱਕ ਬੰਦੇ ਨੇ ਅਮਰਜ ਹੋਣਾ, ਉਹ ਵੀ ਪੂਰੀਆਂ ਅਜੇ ਪ੍ਰਾਇਮਰੀਜ਼ ਖਤਮ ਨਹੀਂ ਸੀ ਹੋਈਆਂ, ਉਸ ਤੋਂ ਪਹਿਲਾਂ ਹੀ ਉਹ ਲੀਡਰ ਬਣ ਗਿਆ, ਉਹਨਾਂ ਦੀ ਪਾਰਟੀ ਦਾ ਕੈਂਡੀਡੇਟ ਬਣ ਗਿਆ। ਤੁਸੀਂ ਇਹ ਕਹਿ ਸਕਦੇ ਹੋ ਕਿ ਉਹਦੀ ਸਟ੍ਰੈਟਜੀ ਬੜੀ ਸਮਾਰਟ ਸੀ, ਉਹਦੀ ਸਟ੍ਰੈਟਜੀ ਅਤੇ ਉਹਦੇ ਟੈਕਟਿਕਸ ਵੀ ਬੜੇ ਸਮਾਰਟ ਸੀ। ਹੋ ਸਕਦਾ ਲੋਕ ਪਸੰਦ ਨਾ ਕਰਦੇ ਹੋਣ, ਪਰ ਉਹਨੇ ਦੇਖਿਆ, ਦੇਖ ਲਿਆ ਕਿ ਕਿਹੜੇ ਸੈਗਮੈਂਟ ਨੇ ਅਮੈਰੀਕਨਸ ਦੇ ਜਿਹੜੇ ਉਹਨੂੰ ਸਪੋਰਟ ਕਰਨਗੇ, ਕਿਹੜੀ ਇਸ਼ੂਜ਼ 'ਤੇ ਕਰਨਗੇ। ਹਿਲਰੀ ਕਲਿੰਟਨ ਬੇਸਿਕ ਮੁੱਦਾ ਉਹਦਾ ਉਹ ਇਹ ਚਾਹੁੰਦੀ ਕਿ ਜਿਹੜੇ ਲੋਕ ਟਰੰਪ ਦੇ ਖਿਲਾਫ ਆ, ਜਿਵੇਂ ਕਿ ਉਹ ਸਮਝਦੀ ਕਿ ਔਰਤਾਂ ਘੱਟ ਗਿਣਤੀਆਂ ਵਾਲੇ ਆ, ਐਲ ਜੀ ਬੀ ਟੀ ਕਮਿਊਨਿਟੀ ਨੂੰ ਉਹ ਟਰਾਈ ਕਰ ਰਹੀ ਆ, ਹੋਰ ਉਹ ਸਮਝਦੀ ਕਿ ਜਿਹੜੇ ਲੋਕ ਸੋਸ਼ਲ ਪ੍ਰੋਗਰਾਮਸ ਵਗੈਰਾ ਜਾਂ ਟ੍ਰੇਡ ਯੂਨੀਅਨ ਮੂਵਮੈਂਟ ਦੇ ਨਾਲ ਆ ਜਿਹੜੇ ਟਰੰਪ ਦੇ ਖਿਲਾਫ ਹੋਣਗੇ, ਇਸ ਤਰ੍ਹਾਂ ਦੀਆਂ ਉਹ ਇਸ਼ੂ ਉਭਾਰੂਗੀ ਤਾਂ ਕਿ ਟਰੰਪ ਨੂੰ ਆਈਸੋਲੇਟ ਕੀਤਾ ਜਾ ਸਕੇ। ਪਰ ਟਰੰਪ ਦਾ ਵੀ ਬੇਸ ਕਾਫੀ ਵੱਡਾ ਆ, ਇਸ ਕਰਕੇ ਇਹ ਬੜੀ ਨੈਕ ਟੂ ਨੈਕ ਜਿਹਨੂੰ ਕਹਿੰਦੇ ਹੁੰਦੇ ਨਾ ਰੇਸ, ਉਹ ਹੋਣ ਵਾਲੀ ਆ। ਸਿਆਸੀ ਮੁੱਦਿਆਂ ਤੋਂ ਇਲਾਵਾ ਦੋਨੇ ਉਮੀਦਵਾਰਾਂ ਦੇ ਅੱਗੇ ਅਜੇ ਕਾਫੀ ਚੁਣੌਤੀਆਂ ਹਨ। ਦੋਨੇ ਪਾਰਟੀ ਦੀਆਂ ਕਨਵੈਨਸ਼ਨਸ ਕਾਫੀ ਮਹੱਤਵਪੂਰਨ ਹੋਣਗੀਆਂ ਅਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਉਮੀਦਵਾਰਾਂ ਦੇ ਚੁਣੇ ਜਾਣ ਨਾਲ ਵੱਡਾ ਪ੍ਰਭਾਵ ਪੈ ਸਕਦਾ ਹੈ। ਇਸ ਵੇਲੇ ਜਿਹੜੇ ਪੋਲਸ ਚੱਲ ਰਹੇ ਆ, ਹਾਲੇ ਤੁਸੀਂ ਇਹ ਕਹਿ ਲਓ ਕਿ ਨਵੰਬਰ ਤੋਂ ਤੱਕ ਬਹੁਤ ਗੱਲਾਂ ਬਦਲਣੀਆਂ, ਉਹ ਨੈਕ ਐਂਡ ਨੈਕ ਹੀ ਚੱਲ ਰਿਹਾ। ਕੋਈ ਕਿਸੇ ਪੋਲ ਦੇ ਵਿੱਚ 2 ਪੁਆਇੰਟ ਉਹ ਅੱਗੇ ਹੁੰਦਾ, ਕਿਸੇ ਦੇ 2 ਪੁਆਇੰਟ ਹਿਲਰੀ ਕਲਿੰਟਨ ਅੱਗੇ ਹੁੰਦੀ ਹੈ। ਸਭ ਤੋਂ ਵੱਡੀ ਐਫਰਟ ਉਹਨਾਂ ਦੀ ਇਹ ਵੀ ਹੋਣੀ ਕਿ ਪਾਰਟੀਜ਼ ਨੂੰ ਯੂਨਾਈਟ ਕਰਨਾ। ਹੁਣ ਇਹਨਾਂ ਦੀ ਇਕੱਲੀ ਸਿਰਫ ਪ੍ਰੈਜ਼ੀਡੈਂਸ਼ੀਅਲ ਰੇਸ ਨਹੀਂ ਚੱਲਦੀ, ਸੈਨੇਟ ਦੀ 1/3 ਸੈਨੇਟ ਜਿਹੜੀ ਆ, 1/3 ਉਹਦੀ ਰੀਇਲੈਕਸ਼ਨ ਹੋਣੀ ਆ, ਹਾਊਸ ਆਫ ਰੈਪ੍ਰਜੈਂਟੇਟਿਵਸ ਦੀ ਸਾਰੇ ਦੀ ਸਾਰੇ ਦੀ ਇਲੈਕਸ਼ਨ ਹੋਣੀ ਆ, ਫਿਰ ਬਹੁਤ ਗਵਰਨਰਸ ਆ ਜਿਹਨਾਂ ਦੀ ਇਲੈਕਸ਼ਨ ਹੋਣੀ ਆ, ਸਟੇਟ ਲੈਜਿਸਲੇਚਰਸ ਦੀ ਇਲੈਕਸ਼ਨ ਹੋਣੀ ਆ। ਸੋ ਪਾਰਟੀਜ਼ ਨੂੰ ਭਾਵੇਂ ਕੈਂਡੀਡੇਟਸ ਦੇ ਨਾਲ ਉਹਨਾਂ ਦੀ ਰਫਾ ਦਫਾ ਵੀ ਪਹਿਲਾਂ ਹੋਵੇ, ਉਹਨਾਂ ਦੇ ਵਿੱਚ ਵਖਰੇਵੇਂ ਵੀ ਹੋਣ, ਪਰ ਪਾਰਟੀਆਂ ਨੂੰ ਲਾਰਜਰ ਇੰਟਰਸਟ ਇਕੱਠੇ ਹੋਣਾ ਪੈਣਾ, ਅਤੇ ਹਿਲਰੀ ਕਲਿੰਟਨ ਨੂੰ ਵੀ ਮੇਰਾ ਖਿਆਲ ਕੁਛ ਨਾ ਕੁਛ ਔਫਰ ਕਰਨਾ ਪਊਗਾ ਬਰਨੀ ਸੈਂਡਰਸ ਨੂੰ ਉਹਦਾ ਧੜਾ ਨਾਲ ਲਿਆਉਣ ਲਈ।
ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਪ੍ਰਾਇਮਰੀ ਇਲੈਕਸ਼ਨ ਜੂਨ 14 ਨੂੰ ਖਤਮ ਹੋ ਗਏ ਸਨ। ਕਲਿੰਟਨ ਅਤੇ ਟਰੰਪ ਦੇ ਚੁਣਨ ਜਾਣ ਤੋਂ ਬਾਅਦ ਇਸ ਇਲੈਕਸ਼ਨ ਵਿੱਚ ਲੋਕਾਂ ਦੀ ਦਿਲਚਸਪੀ ਹੋਰ ਵੱਧ ਗਈ ਹੈ। ਇਹਨਾਂ ਉਮੀਦਵਾਰਾਂ ਵਿੱਚ ਕਾਫ਼ੀ ਫਰਕ ਹੈ, ਭਾਵੇਂ ਉਹ ਇਮੀਗ੍ਰੈਂਟਸ ਦੇ ਮੁੱਦੇ ਹੋਣ ਜਾਂ ਔਰਤਾਂ ਦੇ ਹੱਕਾਂ ਦਾ ਵਿਸ਼ਾ। ਇਸੇ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਨਵੰਬਰ ਦੀਆਂ ਚੋਣਾਂ ਤੱਕ ਸਭ ਦੀਆਂ ਨਜ਼ਰਾਂ ਇਸ ਇਲੈਕਸ਼ਨ ਉੱਤੇ ਟਿੱਕੀਆਂ ਰਹਿਣਗੀਆਂ। ਰਿਸ਼ਮਾ ਜੋਹਾ, PC ਰਾਊਂਡ ਅਪ, ZTV, ਸਰੀ।